ਵੀ ਜਿਹਦੇ ਵਿੱਚ ਦੋ ਜੀਆਂ 'ਚ ਕੋਈ ਗਿਲਾ ਸ਼ਿਕਵਾ ਹੋ ਜਾਵੇ ਜਾਂ ਘਰ ਦੇ ਵਿੱਚ ਮੂਡ ਖਰਾਬ ਹੋ ਜਾਵੇ, ਅਤੇ ਉਹ ਕਵਿਤਾ ਦੇ ਨਾਲ ਕਿਵੇਂ ਇੱਕ ਲੇਖ ਜਿਹੜਾ ਉਹ ਆਪਦੀ ਪਤਨੀ ਨੂੰ ਖੁਸ਼ ਕਰਦਾ ਅਤੇ ਮਨਾਉਂਦਾ, ਉਹ ਮੈਂ ਜ਼ਰੂਰ ਤੁਹਾਨੂੰ ਸਾਂਝੀ ਕਰਾਂਗਾ ਤੁਹਾਡੇ ਨਾਲ। ਉਹ ਸੀ ਕਵਿਤਾ ਸੱਜਣੀ ਤੂੰ ਇੰਝ ਨਾ ਕਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਮੇਰੇ ਸੁਪਨੇ ਡੁੱਬ ਕੇ ਮਰ ਜਾਂਦੇ ਐਵੇਂ ਨਾ ਖੀਆਂ ਭਰਿਆ ਕਰ, ਤੂੰ ਮੇਰੇ ਲਈ ਮੈਂ ਤੇਰੇ ਲਈ ਸਭ ਦੁੱਖ ਸੁੱਖ ਆਪਣਾ ਸਾਂਝਾ, ਉਹ ਜੀਵਨ ਵੀ ਕੀ ਜੀਵਨ ਹੈ ਜੋ ਖੁਸ਼ੀਆਂ ਤੋਂ ਵਾਂਝਾ, ਕੁਝ ਘਰ ਦੀਆਂ ਤੱਤੀਆਂ ਠੰਡੀਆਂ ਨੂੰ ਤੂੰ ਜਿਗਰਾ ਕਰਕੇ ਜਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਤੇਰੇ ਦਿਲ ਦੀਆਂ ਪੀੜਾਂ ਦਾ ਮੈਥੋਂ ਦਰਦ ਸਹਾਰਿਆ ਨਹੀਂ ਜਾਂਦਾ, ਤੇਰੇ ਬਾਝੋਂ ਜ਼ਿੰਦਗੀ ਦਾ ਇੱਕ ਪਲ ਵੀ ਗੁਜ਼ਾਰਿਆ ਨਹੀਂ ਜਾਂਦਾ, ਮੈਂ ਪਿਆਰ ਦਾ ਜ਼ੋਰ ਜਿਤਾਉਂਦਾ ਹਾਂ ਨਾ ਮਨ ਵਿੱਚ ਗੁੱਸਾ ਭਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਤੂੰ ਕਾਹਤੋਂ ਚੇਤੇ ਕਰ ਬੈਠੀ ਕੋਈ ਪਿਛਲੀ ਦਰਦ ਕਹਾਣੀ ਨਹੀਂ, ਕਿਤੇ ਦੋਵੇਂ ਹੀ ਰੁੜ ਜਾਈਏ ਨਾ ਇਹ ਹੜ ਹੰਝੂਆਂ ਦਾ ਪਾਣੀ ਨਹੀਂ, ਮੇਰੇ ਸੜਦੇ ਬਲਦੇ ਦਿਲ 'ਤੇ ਨਹੀਂ ਤੂੰ ਬਦਲੀ ਬਣ ਕੇ ਵਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਹਾਸਾ ਤੇਰਾ ਦਿਨ ਵਰਗਾ ਰੋਣਾ ਹੈ ਰਾਤ ਹਨੇਰੀ ਨਹੀਂ, ਮੈਂ ਪੁੰਨਿਆ ਦਾ ਚੰਨ ਬਣ ਜਾਵਾਂ ਤੂੰ ਬਣ ਜਾ ਚਾਨਣੀ ਮੇਰੀ ਨਹੀਂ, ਮੇਰੇ ਰਾਹਾਂ ਨੂੰ ਰਿਸ਼ਨਾਉਂਦੀ ਰਹਿ ਤੂੰ ਨਾ ਹਨੇਰਿਆਂ ਤੋਂ ਡਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਮੇਰੇ ਲਈ ਤੂੰ ਕੁਦਰਤ ਹੈ ਗੁਰਾਂ ਦਿੱਤੇ ਲਈ ਕੁਦਰਤ ਹੈ, ਪਰ ਸਮੇਂ ਮੁਤਾਬਕ ਢਲਦੀ ਰਹਿ ਦਿਨੇ ਪਾਣੀ ਵਾਂਗੂ ਵਹਿੰਦੀ ਰਹਿ, ਰਾਤਾਂ ਨੂੰ ਲੱਟ ਲੱਟ ਬਲਦੀ ਰਹਿ, ਕੱਚੇ ਨਾ ਲਾਉਂਦੇ ਪਾਰ ਕਦੇ ਪੱਕਿਆਂ 'ਤੇ ਸਾਗਰ ਤਰਿਆ ਕਰ, ਸੱਜਣੀ ਤੂੰ ਇੰਝ ਨਾ ਕਰਿਆ ਕਰ, ਮੇਰੇ ਸੁਪਨੇ ਡੁੱਬ ਕੇ ਮਰ ਜਾਂਦੇ ਐਵੇਂ ਨਾ ਅੱਖੀਆਂ ਭਰਿਆ ਕਰ, ਐਵੇਂ ਨਾ ਅੱਖੀਆਂ ਭਰਿਆ ਕਰ।